ਹਾਂਜੀ 16 ਕਬੱਡੀਆਂ ਪਾਈਆਂ ਮੈਮ ਨੰਬਰ ਇਹ ਸੰਦੀਪ ਨੇ ਇੱਕ ਜੱਫਾ ਲਗਾ ਸੋ 15 ਨੰਬਰ ਜੋੜੇ ਨੇ ਬੈਸਟ ਰੇਡਰ ਅੱਜ ਦਾ ਕਬੱਡੀ ਟੂਰਨਾਮੈਂਟ ਦਾ ਸੰਦੀਪ ਮਹਿਮਦ ਵਾਲ ਬੈਸਟ ਰੇਡਰ ਹਾਂਜੀ ਜੁਆਇੰਟ ਨੇ ਜਾਫੀ ਦੋ ਇੱਕ ਭਲਵਾਨ ਕਾਲੋ ਤੇ ਪੰਮਾ ਫਤਿਹਪੁਰੀਆ ਜੁਆਇੰਟ ਜਾਫੀ ਰਾਜ ਦੇ ਟੂਰਨਾਮੈਂਟ ਦੇ ਪੰਮਾ ਫਤਿਹਪੁਰੀਆ ਤੇ ਕਾਲਵਾ ਦੇ ਗੁਰਵਿੰਦਰ ਨੂੰ ਜੁਆਇੰਟ ਕਿਉਂਕਿ ਚਾਰ ਚਾਰ ਜੱਫੇ ਲਾਏ ਨੇ ਹਾਂਜੀ ਮਹਿਮਦ ਵਾਲੀ ਸੰਦੀਪ ਵਾਸਤੇ ਸਾਡੇ ਸੁਖਵਿੰਦਰ ਸਿੰਘ ਜੀ ਸਿੱਧੂ ਸਾਹਿਬ ਵੱਲੋਂ 500 ਲਾਸਟ ਰੇਡ ਦੇ ਉੱਪਰ 500 ਦਾ ਮਾਨ ਸਨਮਾਨ ਹਾਂਜੀ ਉਹ ਕਾਲਾ ਕਿੱਥੇ ਵੀ ਕਾਲਾ ਵਾਗੜੀਆਂ ਨੇ ਸਾਨੂੰ ਜਿਸ ਤਰ੍ਹਾਂ ਜਾਣਕਾਰੀ ਦਿੱਤੀ ਆ ਵਾਗੜੀਆਂ ਬੰਦੇ ਕਾਲੇ ਨੇ ਵੇਰਵਾ ਦਿੱਤਾ ਵੀ ਕਹਿੰਦੇ ਵੀ ਚਾਰ ਚਾਰ ਜੱਫੇ ਨੇ ਕਹਿੰਦੇ ਵੀ ਟੱਚ ਨਹੀਂ ਰੱਖੀ ਜੱਫੇ ਰੱਖੇ ਸੀ ਸਿੱਧੇ ਵੀ ਜਿੰਨੇ ਜੱਫੇ ਲੱਗਣਗੇ ਠੀਕ ਹੈ ਜੀ ਚਾਰ ਜੱਫੇ ਕਹਿੰਦੇ ਪੰਮੇ ਨੇ ਲਾਏ ਤੇ ਚਾਰ ਜੱਫੇ ਕਾਲਮਾ ਦੇ ਗੁਰਵਿੰਦਰ ਨੇ ਲਾਏ ਇਸ ਕਰਕੇ ਦੋਨੋਂ ਜੁਆਇੰਟ ਜਾਫੀ ਨੇ ਔਰ ਬੈਸਟ ਰੇਡਰ ਅੱਜ ਦੇ ਕਬੱਡੀ ਟੂਰਨਾਮੈਂਟ ਦਾ ਮਹਿਮਦ ਵਾਲੀ ਸੰਦੀਪ ਹੈ ਅਗਲੀ ਗੱਲ ਮਨਜੀਤ ਬਰੇਰ ਜੀ ਹਾਂਜੀ ਮਾਸਟਰ ਕੇਵਲ ਸਿੰਘ ਜੀ ਲੱਖਣ ਕੇ ਪੱਡਿਆਂ ਵਾਲੇ ਪੁੱਜੇ ਨੇ ਸਰ ਦਰਮਿਆਨ ਸੋ ਲੱਖਣ ਕੇ ਪੱਡਿਆਂ ਦੀ ਸਾਰੀ ਟੀਮ ਨੂੰ ਮਾਸਟਰ ਕੇਵਲ ਸਿੰਘ ਜੀ ਵੱਲੋਂ 1000 ਰੁਪਇਆ ਦਿੱਤਾ ਗਿਆ ਮਾਨ ਸਨਮਾਨ ਆ ਫੜੋ ਜੀ 1000 ਰੁਪਇਆ ਹਾਂਜੀ ਭਲਵਾਨ ਲੱਖਣ ਕੇ ਪੱਡਿਆਂ ਦਾ ਵੀ 500 ਨਹੀਂ ਹਾਂਜੀ ਸਿੱਧੂ ਸਾਹਿਬ ਦਲਵੀਰ ਸਿੱਧੂ ਜੀ ਦਲਵੀਰ ਸਿੰਘ ਆ ਕਿਹੜੇ ਭਲਵਾਨ ਦਾ ਕਾਲ ਵਾਲੇ ਭਲਵਾਨ ਦਾ 500 ਦਲਵੀਰ ਸਿੰਘ ਸਿੱਧੂ ਸਾਹਿਬ ਵੱਲੋਂ ਹਾਂਜੀ ਮਨਜੀਤ ਬਲੇਰ ਜੀ ਦਰਾਓ ਜੀ ਮਨਜੀਤ ਬਲੇਰ ਆ ਪੈਸੇ ਜਿਹੜੇ ਮਿਲਦੇ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਦਰਸ਼ਕਾਂ ਦਾ ਕਬੱਡੀ ਦੇ ਪ੍ਰੇਮੀਆਂ ਦਾ ਖਿਡਾਰੀਆਂ ਦਾ ਕੋਚਾਂ ਦਾ ਸਪੋਰਟ ਜਿੰਨੇ ਸਪੋਰਟਰ ਨੇ ਪ੍ਰਮੋਟਰ ਨੇ ਸਾਰਿਆਂ ਦਾ ਯੂਥ ਕਲੱਬ ਦਾ ਧੰਨਵਾਦ ਅੱਜ ਦਾ ਨਗਰ ਕੁੱਦੋਵਾਲ ਦੀ ਸਰਜ਼ਮੀਨ ਤੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਯਾਦ ਨੂੰ 10ਵਾਂ ਜੋ ਟੂਰਨਾਮੈਂਟ ਸੀ ਉਹ ਬੜੇ ਹੀ ਸੁਚੱਜੇ ਢੰਗ ਦੇ ਨਾਲ ਸਮਾਪਤ ਹੋਇਆ ਦਰਸ਼ਕ ਵੀਰਾਂ ਦਾ ਖਿਡਾਰੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਰੈਫਰੀ ਸਾਹਿਬਾਨਾਂ ਦਾ ਵੀ ਔਰ ਪਿੰਡ ਦੇ ਸਾਰੇ ਪਤਵੰਤੇ ਸਪੋਰਟਰ ਵੀਰਾਂ ਦਾ ਬਜ਼ੁਰਗਾਂ ਦਾ ਜਿਨ੍ਹਾਂ ਨੇ ਆਪਣੀ ਗਲਤ ਕਮਾਈ ਦੇ ਵਿੱਚੋਂ ਯੂਥ ਕਲੱਬ ਨੂੰ ਮਾਇਕ ਸਹਾਇਤਾ ਦੇ ਕੇ ਇਸ ਟੂਰਨਾਮੈਂਟ ਨੂੰ ਸਫਲ ਕਰਾਉਣ ਲਈ ਯੋਗਦਾਨ ਪਾਇਆ ਸਾਡੇ ਸਾਰੇ ਯੂਥ ਕਲੱਬ ਦੀ ਤਰਫੋਂ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕੱਲ੍ਹ ਨੂੰ ਵਾਲੀਬਾਲ ਦਾ ਟੂਰਨਾਮੈਂਟ ਸ਼ੁਰੂ ਹੋਣਾ ਹੈ ਵਾਲੀਬਾਲ ਟੂਰਨਾਮੈਂਟ 2 ਦਿਨ ਦਾ ਰੱਖਿਆ ਗਿਆ ਹੈ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਜਿਸ ਤਰ੍ਹਾਂ ਅੱਜ ਹੁੰਮ ਹੁਮਾ ਕੇ ਦਰਸ਼ਕਾਂ ਦੇ ਤੌਰ ਤੇ ਮੈਚ ਦਾ ਆਨੰਦ ਮਾਣਿਆ ਹੈ 2 ਦਿਨ ਕੱਲ ਤੇ ਪਰਸੋਂ ਵਾਲੀਬਾਲ ਦੇ ਟੂਰਨਾਮੈਂਟ ਦੇਖਣ ਲਈ ਵੀ ਇਸੇ ਤਰ੍ਹਾਂ ਹੀ ਸ਼ਮੂਲੀਅਤ ਕਰਨੀ ਆ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਅੱਜ ਦੇ ਇਸ ਟੂਰਨਾਮੈਂਟ ਨੂੰ ਦੇਖਣ ਲਈ ਰੌਣਕ ਨੂੰ ਵਧਾਉਣ ਲਈ ਸਾਰੇ ਦਰਸ਼ਕਾਂ ਦਾ ਨਗਰ ਨਿਵਾਸੀਆਂ ਵੱਲੋਂ ਸਮੂਹ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਮੱਲੀਆਂ ਤੋਂ ਮੇਰੇ ਵੀਰ ਲਖਵੀਰ ਸਿੰਘ ਜੀ ਧੀਰਪੁਰ ਤੋਂ ਮੇਰੇ ਵੀਰ ਦੇਬਾ ਸੇਖੋ ਜੀ ਜਿੰਦਰ ਭਾਜੀ ਮੱਲੀਆਂ ਤੋਂ ਸਰਪੰਚ ਮੋਹਨ ਲਾਲ ਜੀ ਜਿਨ੍ਹਾਂ ਨੇ ਸਾਨੂੰ ਬਹੁਤ ਸਪੋਰਟ ਕੀਤੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਨਾ ਤਲਵੰਡੀ ਤੋਂ ਬਿੱਟੂ ਵੀਰ
ਪਿੰਦਰ ਵੀਰ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਕੁਛ ਹੀ ਪਲਾਂ ਵਿੱਚ ਪ੍ਰਾਈਜ਼ ਡਿਸਟ੍ਰੀਬਿਊਸ਼ਨ ਹੋਣਾ ਹੈ ਫਸਟ ਸੈਕੰਡ ਤੇ ਬੈਸਟ ਰੇਡਰ ਤੇ ਬੈਸਟ ਸਟੋਪਰਾਂ ਦਾ। ਦੋਹਾਂ ਟੀਮਾਂ ਨੂੰ ਬੇਨਤੀ ਹੈ ਕਿ ਉਹ ਸਟੇਜ ਦੇ ਲਾਗੇ ਰਹਿਣ, ਕੁਛ ਹੀ ਪਲਾਂ ਦੇ ਵਿੱਚ ਆਪਾਂ ਪ੍ਰਾਈਜ਼ ਡਿਸਟ੍ਰੀਬਿਊਸ਼ਨ ਕਰ ਦੇਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੁੱਖਾ ਭਾਜੀ ਧਰਾ ਦਿਓ ਮਿਹਰਬਾਨੀ, ਸੁੱਖਾ ਸਿੱਧੂ।
ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਟੂਰਨਾਮੈਂਟ ਦੇ ਵਿੱਚ ਬੈਸਟ ਧਾਵੀ ਤੇ ਬੈਸਟ ਜਾਫੀ ਉਹਨਾਂ ਨੂੰ ਨਾਮ ਦਿੱਤਾ ਜਾਣਾ, ਉਹਨਾਂ ਨੂੰ ਬੇਨਤੀ ਹੈ। ਸੰਦੀਪ ਮਹਿਮਦਵਾਲ, ਗੁਰਵਿੰਦਰ ਪਲਵਾਨ ਤੇ ਪੰਮਾ ਫਤਿਹਪੁਰ, ਇਹ ਦੋਨੋਂ ਸਾਂਝੇ ਜਾਫੀ ਰਹੇ ਨੇ। ਸੰਦੀਪ ਮਹਿਮਦਵਾਲ ਇੰਡੀਆ ਟੀਮ ਦੇ ਕਪਤਾਨ, ਇਸ ਵਰਲਡ ਕੱਪ ਦੇ ਵਿੱਚ ਜੇਤੂ ਰਹੇ ਸੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਇੱਥੇ ਆ ਜਾਣ, ਆਪਣਾ ਸਨਮਾਨ ਬੈਸਟ ਧਾਵੀ ਦਾ ਲੈਣ। ਸਾਡੇ ਪ੍ਰਬੰਧਕਾਂ ਕੋਲੋਂ ਸੋਨੇ ਦੀ ਮੁੰਦੀ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਜਾਏਗਾ, ਸਰਦਾਰ ਗੁਰਦੀਪ ਸਿੰਘ ਪੁੱਤਰ ਵੱਲੋਂ। ਨਾਲ ਬੈਸਟ ਧਾਵੀ ਦੀ ਟਰਾਫੀ ਦਿੱਤੀ ਜਾਊਗੀ।
ਅੱਜ ਦੇ ਇਸ ਟੂਰਨਾਮੈਂਟ ਦੇ ਬੈਸਟ ਧਾਵੀ ਸੰਦੀਪ ਸਿੰਘ ਮਹਿਮਦਵਾਲ ਇੰਡੀਆ ਟੀਮ ਦੇ ਕਪਤਾਨ ਇੰਡੀਆ ਵਰਲਡ ਕਬੱਡੀ ਕੱਪ ਦੇ ਅੱਜ ਦੇ ਇਸ ਟੂਰਨਾਮੈਂਟ ਦੇ ਵਿੱਚ ਬੈਸਟ ਧਾਵੀ ਚੁਣੇ ਗਏ 16 ਰੇਡਾਂ ਦੇ ਵਿੱਚੋਂ 15 ਅੰਕ ਉਹਨਾਂ ਨੇ ਪ੍ਰਾਪਤ ਕੀਤੇ ਆਪਣੀ ਟੀਮ ਨੂੰ ਨਾਲੇ ਜਿੱਤ ਦਵਾਈ ਉਹਨਾਂ ਦਾ ਸਾਡੇ ਨਗਰ ਤੇ ਆਉਣ ਤੇ ਨਗਰ ਨਿਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਹੁਣ ਬੇਨਤੀ ਕਰਾਂ ਮੈਂ ਸਰਦਾਰ ਗੁਰਵਿੰਦਰ ਸਿੰਘ ਪਹਿਲਵਾਨ ਜੋ ਇੰਡੀਆ ਟੀਮ ਦੇ ਵਿੱਚ ਲਗਾਤਾਰ ਪਾਰਟਿਸਪੇਟ ਕਰ ਚੁੱਕੇ ਨੇ ਉਹਨਾਂ ਨੂੰ ਰਿੰਗ ਨਾ ਪਾ ਕੇ ਸਨਮਾਨ ਕੀਤਾ ਜਾਊਗਾ ਉਹਨਾਂ ਨੂੰ ਵੀ ਬੇਨਤੀ ਹੈ ਪੰਮੇ ਵੀਰ ਨੂੰ ਫਤਿਹਪੁਰੀਏ ਨੂੰ ਉਹ ਵੀ ਨਾਲ ਆ ਜਾਣ ਸਾਂਝਾ ਸਨਮਾਨ ਉਹਨਾਂ ਦਾ ਕੀਤਾ ਜਾਣਾ ਦੋਨਾਂ ਨੂੰ ਬੈਸਟ ਜਾਫੀ ਅੱਜ ਦੇ ਇਸ ਟੂਰਨਾਮੈਂਟ ਵਿੱਚ ਰੱਖਿਆ ਗਿਆ ਦੋਨਾਂ ਵੀਰਾਂ ਨੇ ਚਾਰ ਚਾਰ ਸਟੋਪਾਂ ਲਾ ਕੇ ਇਸ ਟੀਮ ਦੇ ਵਿੱਚ ਬੈਸਟ ਜਾਫੀ ਦਾ ਆਪਣਾ ਆਪਣਾ ਨਾਮ ਲਿਆ ਦੋਨਾਂ ਨੂੰ ਗੁਰਦੀਪ ਸਿੰਘ ਬੁੱਟਰ ਵੱਲੋਂ ਸੋਨੇ ਦੀ ਮੁੰਦੀ ਤੇ ਟਰਾਫੀ ਦੇ ਕੇ ਸਨਮਾਨ ਕੀਤਾ ਜਾ ਰਿਹਾ ਤੇ ਜਿਹੜਾ ਅੱਜ ਦਾ ਟੂਰਨਾਮੈਂਟ ਦਾ ਦੂਸਰੀ ਪੋਜੀਸ਼ਨ ਦਾ ਇਨਾਮ ਆ ਉਹ ਲੱਖਣਕੇ ਦੀ ਟੀਮ ਨੂੰ ਜਾਣਾ ਹੈਗਾ ਲੱਖਣਕੇ ਪੱਡਾ ਉਹ ਖੁੱਲ੍ਹਾ ਹੀ ਆ ਲੱਖਣਕੇ ਪੱਡੇ ਦੀ ਟੀਮ ਨੂੰ ਬੇਨਤੀ ਹੈ ਕਿ ਆਪਣਾ ਸੈਕਿੰਡ ਇਨਾਮ ਅੱਜ ਦੇ ਇਸ ਕਬੱਡੀ ਟੂਰਨਾਮੈਂਟ ਦੀ ਰਨਰ ਅਪ ਟੀਮ ਲੱਖਣਕੇ ਪੱਡੇ ਉਹਨਾਂ ਨੂੰ ਨਗਦ ਇਨਾਮ ਸਰਦਾਰ ਸਵਰਨ ਸਿੰਘ ਜੀ ਸਿੱਧੂ 31,000 ਦੀ ਇਨਾਮੀ ਰਾਸ਼ੀ ਤੇ ਟਰਾਫੀ ਸੈਕੰਡ ਰਨਰ ਅਪ ਦੀ ਟੀਮ ਲੱਖਣਕੇ ਪੱਡੇ ਨੂੰ ਦਿੱਤਾ ਜਾ ਰਿਹਾ 31,000 ਦਾ ਨਗਦ ਇਨਾਮ ਤੇ ਸੈਕੰਡ ਟਰਾਫੀ ਲੱਖਣਕੇ ਪੱਡੇ ਦੀ ਟੀਮ ਨੂੰ ਦਿੱਤੀ ਜਾ ਰਹੀ ਹੈ ਸਾਰੀ ਟੀਮ ਦਾ ਇਸ ਟੂਰਨਾਮੈਂਟ ਵਿੱਚ ਪਾਰਟੀਸਪੇਟ ਕਰਨ ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਵੀ ਆਪਣਾ ਇਨਾਮ ਗਿਣ ਲਿਓ ਆਪਣੀ ਇਨਾਮੀ ਰਾਸ਼ੀ ਨੂੰ ਕਾਊਂਟ ਕਰ ਲਿਓ ਵੀਰਿਓ ਫਸਟ ਇਨਾਮ 51,000 ਸਰਦਾਰ ਅਵਤਾਰ ਸਿੰਘ ਜੀ ਖੱਖ ਸਾਬਕਾ ਸਰਪੰਚ ਜਿਨ੍ਹਾਂ ਵੱਲੋਂ ਦਿੱਤਾ ਜਾਣਾ ਹੈਗਾ 51,000 ਦਾ ਨਗਦ ਇਨਾਮ ਉਹਨਾਂ ਦੇ ਸਪੁੱਤਰ ਸਰਦਾਰ ਓਮਕਾਰ ਸਿੰਘ ਖੱਖ USA ਵਾਸੀ ਉਹਨਾਂ ਵੱਲੋਂ ਭੇਜਿਆ ਗਿਆ ਹੈ ਜਗਜੀਤ ਸਿੰਘ ਖੱਖ ਉਹਦੇ ਵੱਡੇ ਭਰਾ ਉਹਨਾਂ ਵੱਲੋਂ ਪਹਿਲਾ ਇਨਾਮ ਤੇ 51,000 ਦੀ ਨਗਦ ਰਾਸ਼ੀ ਸਾਰੀ ਟੀਮ ਦਾ ਕੁੱਦੋਵਾਲ ਦੇ ਇਸ ਟੂਰਨਾਮੈਂਟ ਵਿੱਚ ਪਾਰਟੀਸਪੇਟ ਕਰਨ ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਮਿੱਠੂ ਵੀਰ ਦਾ ਔਜਲੇ ਵੀਰ ਦਾ ਸਾਰੇ ਖਿਡਾਰੀਆਂ ਦਾ ਬਹੁਤ ਬਹੁਤ ਧੰਨਵਾਦ ਕਾਲਮਾਂ ਦੀ ਟੀਮ ਦਾ ਰੇਡਰ ਕਪਲ ਸੁਰ ਸਿੰਘ ਵਾਲਾ ਉਹਨੂੰ ਬੇਨਤੀ ਹੈ
ਕਿ ਸਾਡੇ ਪ੍ਰਬੰਧਕਾਂ ਨੇ ਉਹਨੂੰ ਸਪੈਸ਼ਲ ਇਨਾਮ ਦੇਣਾ। ਕਪਲ ਸੁਰ ਸਿੰਘ ਵਾਲਾ ਬਹੁਤ ਵਧੀਆ ਧਾਵੀ, ਇਹਦਾ ਨੂੰ ਸਪੈਸ਼ਲ ਸਨਮਾਨਿਤ ਕੀਤਾ ਜਾ ਰਿਹਾ ਸਾਡੀ ਪੰਚਾਇਤ ਵੱਲੋਂ, ਕਲੱਬ ਦੇ ਵੱਲੋਂ। ਸੰਦੀਪ ਸਿੰਘ ਸੁਰਖਪੁਰ ਵਰਲਡ ਕਬੱਡੀ ਕੱਪ ਦੇ ਕਪਤਾਨ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਨਾਮ ਲੈਣ ਸਪੈਸ਼ਲ। ਸੰਦੀਪ ਸਿੰਘ ਮਹਿਮਦਵਾਲ, ਇਹਨਾਂ ਨੇ ਵਰਲਡ ਕਬੱਡੀ ਕੱਪ ਫਾਈਨਲ ਮੈਚ ਵਿੱਚ ਵੀ 16 ਰੇਡਾਂ ਪਾ ਕੇ 15 ਅੰਕ ਪ੍ਰਾਪਤ ਕੀਤੇ ਸੀ। ਅੱਜ ਵੀ ਇਸ ਟੂਰਨਾਮੈਂਟ 'ਚ ਉਹੀ ਬਰਾਬਰੀ ਕੀਤੀ ਹੈ, 16 ਰੇਡਾਂ ਦੇ ਵਿੱਚੋਂ 15 ਅੰਕ ਹਾਸਲ ਕਰਕੇ ਆਪਣੀ ਟੀਮ ਨੂੰ ਜਿੱਤ ਦਵਾਈ ਹੈ। ਅਸੀਂ ਉਹਨਾਂ ਨੂੰ ਸਨਮਾਨਿਤ ਕਰ ਰਹੇ ਹਾਂ, ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਇਸੇ ਟੀਮ ਦੇ ਸਟੋਪਰ ਗੁਰਵਿੰਦਰ ਸਿੰਘ ਕਾਲਵਾ, ਜਿਹੜੇ ਪਿਛਲੇ ਵਰਲਡ ਕਬੱਡੀ ਕੱਪ 'ਚ ਖੇਡੇ ਸੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਸਪੈਸ਼ਲ ਇਨਾਮ ਦੇ ਤੌਰ ਤੇ ਇੱਕ ਯਾਦਗਾਰੀ ਚਿੰਨ ਲੈ ਲੈਣ। ਉਹਨਾਂ ਦਾ ਜਿਹੜਾ ਇਨਾਮ ਸੀ ਉਹ ਸੈਟਅਪ ਕਰ ਲਿਆ ਸੀ ਜੱਫੀ ਸਾਂਝੇ ਹੋਣ ਕਰਕੇ, ਇਹਨਾਂ ਯਾਦਗਾਰੀ ਚਿੰਨ ਦੇ ਕੇ ਸਨਮਾਨ ਕੀਤਾ ਜਾ ਰਿਹਾ। ਹੁਣ ਬੇਨਤੀ ਹੈ ਠੇਕੇਦਾਰ ਵੀਰ ਲੱਖਣ ਕੇ ਪੰਡੇ ਦੀ ਟੀਮ ਦਾ ਖਿਡਾਰੀ, ਉਹਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਸਪੈਸ਼ਲ ਇਨਾਮ ਤੇ ਯਾਦਗਾਰੀ ਚਿੰਨ ਲੈ। ਠੇਕੇਦਾਰ ਸਟੋਪਰ, ਵਧੀਆ ਸਟੋਪਰ ਹੈ ਲੱਖਣ ਕੇ ਟੀਮ ਦੇ ਵਿੱਚ, ਆਪਣਾ ਸਪੈਸ਼ਲ ਇਨਾਮ ਤੇ ਯਾਦਗਾਰੀ ਚਿੰਨ ਹਾਸਲ ਕਰਦੇ ਹੋਏ। ਇਸੇ ਟੀਮ ਦੇ ਭਲਵਾਨ, ਜਿਹਨਾਂ ਦਾ ਮੈਨੂੰ ਨਾਂ ਨੀ ਯਾਦ, ਜਿਹੜੇ ਵੇਵ ਕਬੱਡੀ ਕੱਪ 'ਚ ਖੇਡੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਸਪੈਸ਼ਲ ਨਾਮ ਲੈਣ। ਰਵਿੰਦਰ ਸਿੰਘ ₹2000 ਸਪੈਸ਼ਲ ਇਨਾਮ ਤੇ ਯਾਦਗਾਰੀ ਚਿੰਨ ਦਿੱਤਾ ਜਾ ਰਿਹਾ ਰਵਿੰਦਰ ਸਿੰਘ ਭਲਵਾਨ, ਪਿੰਡ ਲੱਖਣ ਕੇ ਪੱਡੇ। ਇਹਨਾਂ ਦਾ ਇਸ ਟੂਰਨਾਮੈਂਟ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਲੱਖਣ ਕੇ ਟੀਮ ਦਾ ਸਟੋਪਰ ਜਿਹੜਾ ਅੱਜ ਸਾਂਝਾ ਧਾਵੀ ਨਿਕਲਿਆ ਪੰਬਾ ਫਤਿਹਪੁਰੀਆ, ਉਹਨੂੰ ਬੇਨਤੀ ਹੈ ਕਿ ਉਹ ਵੀ ਆਪਣੀ ਸ਼ੀਲਡ ਲਵੇ ਪੰਬਾ ਫਤਿਹਪੁਰ, ਯਾਦਗਾਰੀ ਚਿੰਨ ਆਪਣਾ ਹਾਸਲ ਕਰੇ ਜੀ ਪੰਬਾ ਫਤਿਹਪੁਰ, ਬਹੁਤ ਵਧੀਆ ਧਾਵੀ ਆ। ਅੱਜ ਦਾ ਇਹ ਜੋ ਟੂਰਨਾਮੈਂਟ ਕੁੱਦੋਵਾਲ ਵਿਖੇ ਖੇਡਿਆ ਗਿਆ, ਇਹਦੀ ਇੱਥੇ ਸਮਾਪਤੀ ਹੈ। ਕੱਲ ਨੂੰ ਵਾਲੀਬਾਲ ਟੂਰਨਾਮੈਂਟ ਸ਼ੁਰੂ ਕੀਤਾ ਜਾਣਾ, 2 ਦਿਨ ਚੱਲੇਗਾ। ਸਾਰੇ ਦਰਸ਼ਕ ਵੀਰਾਂ ਨੂੰ, ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਆਪਾਂ ਇੱਥੇ ਹੁੰਮ ਹੁਮਾ ਕੇ ਇੱਕ ਦੂਜੇ ਨੂੰ ਸਪੋਰਟ ਕੀਤਾ, ਇਸੇ ਤਰ੍ਹਾਂ 2 ਦਿਨ ਹੋਰ ਵਾਲੀਬਾਲ ਦੇ ਟੂਰਨਾਮੈਂਟ ਵਿੱਚ ਵੀ ਇੱਦਾਂ ਸਹਿਯੋਗ ਦੇਣਾ। ਖਿਡਾਰੀ ਵੀਰਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।